ਐਡੀ ਮੈਂ ਤੋਂ ਨਹੀਂ ਥੱਲੇ ਬਹਿ ਕੇ ਧਾਰਾ ਨਿਕਲਦੀਆਂ ਗੋਡੇ ਦੁਖਦੇ ਆ ਮੇਰੇ ਆਪ ਹੀ ਖੜ ਲੋ ਜੇ ਤੇਰੇ ਗੋਡੇ ਦੁਖਦੇ ਤਾਂ ਮੱਝ ਨੂੰ ਬੇਨਤੀ ਕਰਾਂ ਬਈ ਉਹ ਗੋਡਿਆਂ ਪਰ ਬਹਿ ਕੇ ਦੁੱਧ ਦੇਵੇ ਤੈਨੂੰ ਨਾ ਕੰਮ ਵੇਲੇ ਤੇਰੇ ਹੱਥ ਗੋਡੇ ਦੁਖਣ ਲੱਗ ਜਾਂਦੇ ਆ ਉਹ ਸਾਰਾ ਦਿਨ ਚਿੰਦਾਲ ਚੌਂਕੜੀ ਦੇ ਨਾਲ ਕੌਲੇ ਕਸਦਾ ਰਹਿੰਦਾ ਉਦੋਂ ਨਹੀਂ ਤੇਰਾ ਕੁਛ ਦੁਖਦਾ ਆ ਗਏ ਮੰਮੀ ਜੀ ਮੈਂ ਵੀ ਸੋਚੀ ਜਾਂਦਾ ਵੀ ਮੈਨੂੰ ਬੇਇੱਜ਼ਤੀ ਮਹਿਸੂਸ ਕਿਉਂ ਨਹੀਂ ਹੋ ਰਹੀ ਆਖਿਰ ਘਾਟ ਕਿਸ ਚੀਜ਼ ਦੀ ਹੈ ਚਿੱਤਰਾਂ ਦੀ ਘਾਟ ਹੈ ਤੈਨੂੰ ਕੱਲੀਆਂ ਗਾਲਾਂ ਨਾਲ ਤੇਰਾ ਕੀ ਬਣਦਾ ਕਿਵੇਂ ਮੋਢੇ ਨਾਲ ਮੋਢਾ ਲਾ ਕੇ ਮੈਨੂੰ ਜਲੀਲ ਕਰਨ ਲੱਗੇ ਹੋ ਜੇ ਇੰਨੀ ਮਿਹਨਤ ਮੇਰੇ ਵਿਆਹ ਤੇ ਕੀਤੀ ਹੁੰਦੀ ਹੁਣ ਮੈਂ ਜਵਾਕ ਜੱਲੇ ਵਾਲਾ ਹੁੰਦਾ ਉਹ ਜਵਾਕ ਜੱਲੇ ਨੂੰ ਤੂੰ ਬੇਲੜ ਖਵਾਉਂਦਾ ਕੀ ਕੱਦੂ ਤੁਸੀਂ ਬੜਾ ਮੈਨੂੰ ਸ਼ਾਹੀ ਪਨੀਰ ਦੇ ਕੇ ਤੋੜਦੀ ਸੀ ਸਕੂਲਾਂ ਨੂੰ ਉਹ ਮੈਂ ਤਾਂ ਨਾਲ ਦੇ ਜਵਾਕਾਂ ਦੀਆਂ ਸਲੇਟੀਆਂ ਖਾ ਖਾ ਕੇ ਪੰਜਵੀਂ ਪੂਰੀ ਕੀਤੀ ਹੈ ਹੁਣ ਗਾਲਾਂ ਖਾ ਕੇ ਜੂਨ ਪੂਰੀ ਕਰੇਗਾ ਤੂੰ ਸ਼ਾਬਾਸ਼ ਮੇਰੀ ਜੂਨ ਪੂਰੀ ਕਰਿਓ ਸਿਵੇ ਜੱਦ ਆ ਬੜਾ ਪੂਰੇ ਹੋਇਓ ਓ ਰਾਣੀਏ ਆ ਦੇਖ ਲੈ ਇੰਨੇ ਲੈ ਕਲਾਦ ਕੀ ਭੁੱਖ ਰਹੀ ਹੈ ਮੈਂ ਆਪਣੇ ਪਿਓ ਦੇ ਅੱਗੇ ਕਦੇ ਮੂੰਹ ਨਹੀਂ ਸੀ ਖੋਲਿਆ ਦੱਦ ਦਾ ਸਿਰ ਪੜ ਕੇ ਤੇ ਪੈਲੀ ਨੌ ਲਵਾਈ ਸੀ ਸਾਰਾ ਪਿੰਡ ਜਾਣਦਾ ਹੈ ਮੂੰਹ ਕੀ ਖੋਲਣਾ ਜਦ ਦੱਦ ਦਾ ਸਿਰ ਹੀ ਖੋਲਦਾ ਪਿਓ ਦਾ ਤਾਂ ਨਹੀਂ ਮੈਂ ਸਿਰ ਖੋਲਿਆ ਪਰ ਅੱਜ ਮੈਂ ਤੇਰਾ ਸਿਰ ਜ਼ਰੂਰ ਖੋਲਦਾਗਾ ਖੜ ਜਾ ਮੈਨੂੰ ਕਿੱਲਾ ਪੱਟ ਲੈਣ ਦੇ ਓ ਜਾਣ ਦੋ ਡੈਡੀ ਮੈਂ ਜਾਣਦਾ ਤੁਹਾਨੂੰ ਵੱਡੇ ਸਨੀ ਦਿਓਲ ਨੂੰ ਐਵੇਂ ਕੋਈ ਨਾਲ ਨਾ ਚੜਾ ਲਿਓ ਓ ਡੈਡੀ ਓ ਆ ਜਾ ਹੁਣ ਆਂਸਾ ਦੀ ਜੋੜੀ ਪਹਿਲੇ ਲੇਟ ਆਪਾਂ ਤੈਨੂੰ ਬੜੀ ਕਾਲੀ ਹੈ ਕੁੜੀ ਵਾਲੇ ਤੋਂ ਨਾ ਸੁਣਨ ਦੀ ਜਵਾਬ ਹੀ ਸੁਣਨਾ ਹੈ ਥੋੜਾ ਲੇਟ ਸੁਣ ਲਾਂਗੇ ਉਹ ਡੈਡੀ ਰੱਬ ਨੇ ਏਡਾ ਵੱਡਾ ਮੂੰਹ ਦਿੱਤਾ ਗੱਲਾਂ ਫਿੱਟੇ ਮੂੰਹ ਵਾਲੀਆਂ ਪੁੱਤ ਬੈਠ ਤੂੰ ਅੰਦਰ ਅੱਜ ਰਿਸ਼ਤੇ ਨੂੰ ਹਾਂ ਹੋਣੀ ਹੋਈ ਹੈ ਰਾਤ ਨਾ ਪੁੱਤ ਮੈਂ ਇੱਕ ਸੁਪਨਾ ਦੇਖਿਆ ਮੈਂ ਬਾਹਲੇ ਸੋਹਣੇ ਕਾਕੇ ਨੂੰ ਗੋਦੀ ਚ ਖੜਾਈ ਜਾਨੀ ਹੈ ਜੇ ਕਾਕਾ ਸੋਹਣਾ ਸੀ ਫਿਰ ਇਦਾਂ ਨਹੀਂ ਹੋਣਾ ਐ ਤਾਂ ਸੋਹਣੇ ਬੱਚੇ ਦੀ ਉਮੀਦ ਨਾ ਰੱਖੀ ਨਾ ਦਾਦਾ ਜੀ ਨੂੰ ਕਿਹੜਾ ਤੁਹਾਡੇ ਤੋਂ ਉਮੀਦ ਸੀ ਫਿਰ ਵੀ ਮੈਂ ਥੋੜਾ ਹੋਇਆ ਕਿ ਨਹੀਂ ਤੂੰ ਮੇਰੇ ਤੇ ਗਿਆ ਤਾਂ ਤੂੰ ਸੋਹਣਾ ਜੇ ਆਦੇ ਪਿਓ ਤੇ ਗਿਆ ਹੁੰਦਾ ਨਾ ਲੱਖ ਦੇ ਕਾਕਾ ਪਹਿਲਾਂ ਇਹ ਦੱਸੋ ਵੀ ਕੀ ਲਾਉਂਗੇ ਲੈਣ ਦੇਣ ਦੀ ਗੱਲ ਫੇਰ ਨਾ ਕਰੀ ਪਹਿਲਾਂ ਕੁੜੀ ਦੇਖ ਲਈਏ ਚਾਹ ਪਾਣੀ ਦੀ ਗੱਲ ਕਰਦਾ ਜੀ ਚਾਹ ਪਾਣੀ ਤਾਂ ਕੀ ਹੁੰਦਾ ਲੈ ਲਾਂਗੇ ਇਹ ਸਾਡਾ ਮੁੰਡਾ ਹੈ ਜੀ ਪ੍ਰਗਟ ਕੱਲਾ ਕੱਲਾ ਪੁੱਤ ਹੈ ਮੇਰਾ ਸਾਡੇ ਕੋਲ ਤਾਂ ਜੋ ਕੁਛ ਵੀ ਹੈ ਇਸੇ ਦਾ ਹੀ ਹੈ ਕਾਕਾ ਜੀ ਕੰਮ ਕੀ ਕਰਦੇ ਹੋ ਤੁਸੀਂ ਮੈਂ ਜੋ ਮੰਮੀ ਡੈਡੀ ਕੰਮ ਕਹਿੰਦੇ ਨੇ ਜੀ ਉਹੀ ਕਰ ਦਿੰਦੇ ਵੈਸੇ ਖੇਤੀਬਾੜੀ ਕਰਦਾ ਜੀ ਭਾਜੀ ਮੁੰਡਾ ਤੁਹਾਡਾ ਸਾਡੇ ਦਿਲ ਨੂੰ ਲੱਗ ਗਿਆ ਸਤਿ ਸ੍ਰੀ ਅਕਾਲ ਪੁੱਤ ਜੀ ਆਂਦੇ ਰਹੇ ਚੱਕਲੇ ਚੱਕਲੇ ਉਹ ਤੂੰ ਤੂੰ ਹਲੇ ਤਾਂ ਕੁੜੀਆਂ ਹੀ ਵੇਖਦਾ ਫਿਰਦਾ ਗੁੜੀਆ ਕਾਕੇ ਨੂੰ ਜਾਣਦੀ ਹੈ ਇਹ ਤਾਂ ਬੜੀ ਚੰਗੀ ਗੱਲ ਹੈ ਬਹੁਤ ਚੰਗੀ ਤਰ੍ਹਾਂ ਜਾਣਦੀ ਅੰਕਲ ਜੀ ਇਹਨੇ ਭੋਲੀ ਨੂੰ ਛੱਤੇ ਬੁਲਾ ਕੇ ਧੋਖਾ ਦਿੱਤਾ ਸੀ ਵੀਰ ਜੀ ਇਹਨਾਂ ਨੂੰ ਹੁਣੀ ਘਰੋਂ ਕੱਢੋ ਇਹਨੇ ਭੋਲੀ ਨੂੰ ਧੋਖਾ ਵੀ ਦਿੱਤਾ ਸੀ ਤੇ ਪੰਚਾਇਤ 'ਚ ਉਹਦੇ ਨਾਲ ਵਿਆਹ ਕਰਨ ਤੋਂ ਵੀ ਮੁੱਕਰ ਗਿਆ ਸੀ ਉਤਰੋ ਹੁਣ ਤੇਲ ਚੋਵਾਂ ਤੇਲ ਚੋਣਾ ਤੇਰੇ ਕਰਮਾਂ 'ਚ ਨਹੀਂ ਹੈ ਤੂੰ ਚੱਲ ਕੇ ਮੱਝਾਂ ਚੋ ਬੇ ਪੁੱਤ ਓਨਾ ਖਰਚਣਾ ਤੇਰੇ ਵਿਆਹ ਤੇ ਨਹੀਂ ਹੋਣਾ ਜਿੰਨਾ ਤੇਰੀ ਦੇਖ ਦਿਖਾਈ ਤੇ ਹੋ ਗਿਆ ਬੇ ਪੁੱਤ ਜੇ ਭੋਲੀ ਨਾਲ ਤੇਰੀ ਕੋਈ ਗੱਲਬਾਤ ਸੀ ਤੂੰ ਉਹਦੇ ਨਾਲ ਵਿਆਹ ਕਰਾ ਲੈਂਦਾ ਦੇਖ ਕਾਲੇ ਨੇ ਭੋਲੀ ਨਾਲ ਵਿਆਹ ਕੀਤਾ ਹੁਣ 5 ਸਾਲ ਦੀ ਕੁੜੀ ਹੈ ਉਹਦੀ ਕੁਛ ਜੇ ਤੂੰ ਪੰਚਾਇਤ ਚ ਨਾ ਕਰਦਾ ਤਾਂ ਉਹ ਕੁੜੀ ਤੇਰੀ ਹੋਣੀ ਸੀ ਉਹ ਕੁੜੀ ਫੇਰ ਵੀ ਕਾਲੇ ਦੀ ਹੋਣੀ ਸੀ ਉਹ ਬਾਬਾ ਗੁਰੂ ਮੈਂ ਦੱਸੀ ਤਾਂ ਜਾਣਾ ਉਧਰ ਛੱਤ ਤੇ ਮੈਂ ਨਹੀਂ ਕਾਲਾ ਸੀ ਹੱਥ ਹੋ ਗਈ ਤੁਹਾਡੇ ਨਾਲ ਯਾਰ ਤੁਰ ਪਿਆ ਓਏ ਚੱਲ ਪਿਆ ਮਾਰਾ ਕਰਦਾ ਕੋਲੇ ਉਹ ਆਪ ਤਾਂ ਛੜੇ ਉਹਨਾਂ ਨਾਲ ਫਿਰੇਗਾ ਤੈਨੂੰ ਵੀ ਕਿਸੇ ਨੇ ਕੁੜੀ ਨਹੀਂ ਦੇਣੀ ਤੁਸੀਂ ਕੁੜੀ ਲੱਭ ਕੇ ਦੋ ਯਾਰ ਦੋਸਤਾ ਕੀ ਮੈਂ ਤਾਂ ਮਾਂ ਬਾਪ ਵੀ ਛੱਡ ਦੂ ਛੱਡੂ ਵੀ ਆਏ ਜੰਗਲਾਂ 'ਚ ਜਿੱਥੋਂ ਮੁੜ ਕੇ ਵਾਪਸ ਕਰਾ ਖੜ ਜਾ ਤੇਰੀ ਓ ਮੰਮੀ ਓ ਡੈਡੀ ਕੱਪੜੇ ਨਵੇਂ ਸਵਾਲੋ ਕੱਪੜੇ ਨਵੇਂ ਸਵਾਲੋ ਹੁਣ ਵਧਾਈਆਂ ਜੀ ਵਧਾਈਆਂ ਡੈਡੀ ਤੁਹਾਡਾ ਮੁੰਡਾ ਘੋੜੀ ਚੜ ਲੱਗਿਆ ਘੋੜੀ ਮੰਨ ਗਈ ਹੈ ਓ ਡੈਡੀ ਮਜ਼ਾਕ ਨਾ ਕਰੋ ਮੈਂ ਮੇਰਾ ਰਿਸ਼ਤਾ ਪੱਕਾ ਕਰਕੇ ਆਇਆ ਹੁਣ ਲਾ ਲਿਓ ਜਿਹੜੇ ਚੌਲ ਹੋਣਗੇ ਚਾਹ ਤਾਂ ਬਾਅਦ ਚ ਲਾਊਂਗਾ ਪਹਿਲਾਂ ਮੈਂ ਜੁੱਤੀ ਲਾਵਾਂ ਉਹ ਤੂੰ ਪਿਓ ਤੋਂ ਬਿਨਾਂ ਰਿਸ਼ਤਾ ਕਿਵੇਂ ਪੱਕਾ ਕਰਾਇਆ ਉਹ ਜੇ ਪਿਓ ਨਾਲ ਜਾਂਦਾ ਰਿਸ਼ਤੇ ਦਾ ਪਤਾ ਨਹੀਂ ਪਰ ਬੇਇੱਜ਼ਤੀ ਪੱਕਾ ਹੋਣੀ ਸੀ ਮੈਨੂੰ ਤਾਂ ਹੁਣ ਵੀ ਡਰ ਹੈ ਕਿਤੇ ਤੁਹਾਨੂੰ ਦੋਵਾਂ ਨੂੰ ਮਿਲ ਕੇ ਕੁੜੀ ਵਾਲੇ ਮੁੱਕਰੀ ਨਾ ਜਾਣ ਮੈਂ ਸੱਚੇ ਪੁੱਤ ਮੰਨ ਗਿਆ ਕੁੜੀ ਵਾਲੇ ਨਹੀਂ ਲੈ ਮਰ ਜਾ ਲੈ ਮੇਰੇ ਸਾਹਮਣੇ ਆ ਮੇਰਾ ਪੁੱਤ ਹੈ ਲੈ ਤੈਨੂੰ ਗੌਰ ਨਾਲ ਦੇਖਾਂ ਪਹਿਲਾਂ ਮੈਂ ਮੰਮੀ ਕੀ ਦੇਖੀ ਜਾਨੀ ਹੈ ਪੁੱਤ ਮੈਂ ਤਾਂ ਇਹ ਦੇਖਦੀ ਹਾਂ ਵੀ ਕੁੜੀ ਵਾਲੇ ਨੇ ਤੇਰੇ 'ਚ ਇਹੋ ਜਿਹਾ ਕੀ ਦੇਖਿਆ ਜਿਹੜਾ 35 ਸਾਲਾਂ 'ਚ ਸਾਨੂੰ ਦਿਖਿਆ ਮੇਰਾ ਤਾਂ ਜੀ ਕਰਦਾ ਤੁਹਾਨੂੰ ਦੋਨਾਂ ਨੂੰ ਛੱਡ ਕੇ ਨਾ ਬਾਕੀ ਸਾਰੇ ਪਿੰਡ ਨੂੰ ਬਰਾਤ ਲੈ ਜਾਂ ਉਹ ਮੈਨੂੰ ਤਾਂ ਐ ਸੀ ਤੁਹਾਨੂੰ ਮੇਰੇ ਤੇ ਮਾਣ ਹੋਊ ਮਾਣ ਸਵਾਹ ਤੁਹਾਨੂੰ ਤਾਂ ਮੇਰੇ ਤੇ ਯਕੀਨ ਵੀ ਨਹੀਂ ਇਹ ਜੀ ਕੁੜੀ ਪੂਰੇ ਹਿੰਦੁਸਤਾਨ 'ਚ ਲੱਭਣੀ ਦਾਵਾ ਮੇਰਾ ਇਹ ਪੱਕਾ ਕੁੜੀ ਨਪਾਲਣ ਹੋਣੀ
ਉਹ ਕੁੜੀ ਦਾ ਖਾਨਦਾਨ ਕਿਹਾ ਜਾ ਇਹ ਪੁੱਛਦਾ ਹੈ ਮੈਂ ਆਪਣੇ ਖਾਨਦਾਨ ਨਾਲੋਂ ਬਹੁਤ ਚੰਗਾ ਹੀ ਹੋਊ ਕੱਲ ਨੂੰ 12 ਵਜੇ ਜਾ ਕੇ ਨਾਲੇ ਤਾਂ ਖਾਨਦਾਨ ਦੇਖ ਲਿਓ ਨਾਲੇ ਵਿਆਹ ਦੀ ਤਰੀਕ ਕਿਹੜਾ ਆਇਆ ਹੋ ਪਹਿਲਾਂ ਤਾਂ ਮੈਂ ਇਸ਼ਤਿਹਾਰ ਕਢਾਵਾਂਗਾ ਅਖਬਾਰ 'ਚ ਤੈਨੂੰ ਬੇਦਖਲ ਕਰਨ ਦਾ ਤੇਰੇ 'ਚ ਉਹਨਾਂ ਨੂੰ ਕੀ ਪਸੰਦ ਆ ਗਿਆ ਓਏ ਪੱਕਾ ਉਹਨਾਂ ਦੀ ਅੱਖ ਸਾਡੀ ਜ਼ਮੀਨ ਤੇ ਹੋਣੀ ਹੈ ਸਾਡੀ ਜ਼ਮੀਨ ਤੇ ਤਾਂ ਫਸਲ ਚੱਜ ਨਾਲ ਨਹੀਂ ਹੁੰਦੀ ਅੱਖ ਕਿਸੇ ਦੀ ਸਵਾਹ ਹੋਣੀ ਹੈ ਕਣਕ ਵੀ ਉੱਗਣ ਲੱਗੇ ਸੋਚਦੀ ਹੈ ਕਹਿੰਦੀ ਬਰਵਾਸ ਉਹਦੇ ਹੋਣੇ ਛੱਡੋ ਭਰਾ ਗੁਆਂਢੀਆਂ ਦੀ ਹੋ ਜਾਂਦੀ ਆ ਫਿਰ ਤੂੰ ਕਿਉਂ ਸਾਡੇ ਹੋ ਗਿਆ ਤੂੰ ਵੀ ਗੁਆਂਢੀਆਂ ਦੇ ਹੋ ਜਾਂਦਾ ਮਾਰੇ ਕਰਨ ਮੇਰੇ ਵੈਸੇ ਬੜਾ ਫਰਕ ਨਹੀਂ ਸੀ ਵਿਚਾਰੇ ਕੰਨ ਦੇ ਫਰਕ ਹੈ ਉਹ ਸ਼ੁਕਰ ਹੁੰਦਾ ਰੱਬ ਦਾ ਜੇ ਮੈਂ ਗੁਆਂਢੀਆਂ ਦੇ ਪੈਦਾ ਹੁੰਦਾ ਘੱਟੋ ਘੱਟ ਹੁਣ ਨੂੰ ਵਿਆਹ ਤਾਂ ਹੁੰਦਾ ਬਲਵੰਤ ਸੋਰੀ ਓਹੋ ਵੇ ਤੁਸੀਂ ਕਾਹਤੋਂ ਵੈਸੀ ਜਾਂਦੇ ਹੋ ਜੇ ਕੁੜੀ ਚੌਂਕਾ ਚੁੱਲਾ ਸਾਂਭਣ ਵਾਲੀ ਆ ਤਾਂ ਕਰ ਦਿੰਦੇ ਆ ਵਿਆਹ ਰਾਣੀ ਜੀ ਜੇ ਚੁੱਲਾ ਚੌਂਕਾ ਸਾਂਭਦੇ ਸਾਂਭਦੇ ਉਹਨੇ ਘਰ ਵੀ ਸਾਂਭ ਲਿਆ ਫਿਰ ਸਾਨੂੰ ਕੌਣ ਸਾਂਭੂ ਉਹ ਡੈਡੀ ਕਹਿੰਦੇ ਇਦਾਂ ਦੀ ਕੁੜੀ ਨਹੀਂ ਹੈਗੀ ਬਹੁਤ ਜ਼ਿੰਮੇਵਾਰ ਕੁੜੀ ਹੈ ਔਰ ਮੁੰਡੇ ਦਾ ਸਤਿਕਾਰ ਕਰਨ ਵਾਲੀ ਹੈ ਚੱਲ ਬਸ ਹੋ ਗਈ ਗੱਲ ਕੱਲ ਕੁੜੀ ਵਾਲਿਆਂ ਦੇ ਘਰ ਜਾਂਦੇ ਆ ਚੰਗਾ ਜਿਹਾ ਦਿਨ ਦੇਖ ਕੇ ਆਪਾਂ ਵਿਆਹ ਰੱਖ ਲੈਂਦੇ ਹਾਂ ਵਿਆਹ ਦਾ ਦਿਨ ਵੀ ਕਦੇ ਚੰਗਾ ਹੋਇਆ ਵਿਆਹ ਤਾਂ ਮਾੜੇ ਟਾਈਮ ਦੀ ਪਹਿਲੀ ਪੌੜੀ ਹੁੰਦੀ ਹੈ ਜਵਾ ਸਹੀ ਕਹਿੰਦਾ ਤੂੰ ਮੇਰੇ ਤਾਂ ਮਾੜੇ ਦਿਨ ਉਦਾਂ ਹੀ ਸ਼ੁਰੂ ਹੋ ਗਏ ਸੀ ਜਿੱਥੇ ਤੇਰੇ ਵਰਗੇ ਬਿਨਾਂ ਸੈੱਲ ਵਾਲੇ ਟਾਈਮ ਪੀਸ ਨਾਲ ਪਿਆ ਹੀ ਗਈ ਡੈਡੀ ਵੈਸੇ ਟਾਈਮ ਕਿੰਨਾ ਹੋ ਗਿਆ ਤੇਰਾ ਚਪੇੜਾ ਖਾਣ ਦਾ ਟਾਈਮ ਹੋ ਗਿਆ ਸਾਰੀ ਜ਼ਿੰਦਗੀ ਸ਼ੀਸ਼ੇ ਨੂੰ ਖੜ ਕੇ ਆਪਣੀ ਸ਼ਕਲ ਚ ਹੀ ਨੁਕਸ ਕੱਢੀ ਜਾਏਗਾ ਵੇ ਅੱਗੇ ਵਿਆਹ ਤਾਂ ਥੋੜਾ ਲੇਟ ਹੈ ਜੋ ਹੋਰ ਹੋਣਾ ਚਲੋ ਚਲੋ ਚਲੀਏ ਹੁਣ ਤਾਕੀ ਪੱਟ ਕੇ ਨਾਲ ਲੈ ਜਾਏਗਾ ਜਿਹਨੂੰ ਕਹਿ ਰਿਹਾ ਚਲੋ ਚੱਲੀਏ ਆਪਣ ਚਾਬੀ ਚਲਾ ਗੱਡੀ ਡੈਡੀ ਤੁਹਾਡੇ ਹੁੰਦੇ ਮੈਂ ਗੱਡੀ ਚਲਾਉਣਾ ਚੰਗਾ ਲੱਗੂ ਕਿਤੇ ਕਿਉਂ ਮੈਂ ਖਾਨਦਾਨੀ ਡਰਾਈਵਰ ਯਾ ਤਨਖਾਹ ਦਿੰਦਾ ਤੂੰ ਮੈਨੂੰ ਉਹ ਨਹੀਂ ਨਹੀਂ ਕੀ ਕਹਿ ਰਹੇ ਹੋ ਡੈਡੀ ਦੇਖੋ ਕਾਰ ਦੀ ਚਾਬੀ ਤੁਹਾਡੇ ਕੋਲੇ ਕਾਰ ਦੇ ਮਾਲਕ ਤੁਸੀਂ ਹੋ ਤੁਸੀਂ ਆਪ ਸੋਚੋ ਜਦੋਂ ਕੁੜਮਾ ਦੇ ਘਰ ਮੂਹਰੇ ਜਾ ਕੇ ਤੁਸੀਂ ਕਾਰ ਮਾਰੋਗੇ ਮੇਰਾ ਮਤਲਬ ਕਾਰ ਦੀ ਬ੍ਰੇਕ ਮਾਰੋਗੇ ਕਿੰਨੀ ਠੁੱਕ ਬਣੂਗੀ ਤੁਹਾਡੀ ਮੈਂ ਤੇਰਾ ਪਿਓ ਕਾਰ ਦੀ ਚਾਹੇ ਅਗਲੀ ਸੀਟ ਤੇ ਬਹਿ ਜਾ ਚਾਹੇ ਪਿਛਲੀ ਤੇ ਲੱਗਣਾ ਨੇ ਡਰਾਈਵਰ ਹੀ ਆ ਇੱਕ ਗੱਲ ਦੱਸਿਓ ਰਾਣੀ ਜੀ ਤੁਹਾਡੇ ਪਿਓ ਨੇ ਤੁਹਾਨੂੰ ਮੇਰੇ ਲੜ ਲਾਇਆ ਸੀ ਜਾਂ ਲੜਨ ਲਾਇਆ ਸੀਗਾ ਜ਼ਿੰਦਗੀ ਚ ਪਹਿਲੀ ਵਾਰ ਤੇਰੀ ਔਲਾਦ ਨੇ ਮੂੰਹੋਂ ਕੋਈ ਚੱਜ ਦੀ ਗੱਲ ਕਹੀ ਹੈ ਪਰ ਤੇਥੋਂ ਬੋਲੇ ਬਗੈਰ ਨਹੀਂ ਰਿਹਾ ਗਿਆ ਚਲੋ ਹੁਣ ਬੈਠੋ ਅੰਦਰ ਚਲੋ ਡੈਡੀ ਮੈਂ ਤੁਹਾਡੇ ਨਾਲ ਸੀਟ ਤੇ ਅੱਗੇ ਬੈਠਦਾ ਤੂੰ ਤਾਂ ਅੱਗੇ ਬਹਿਣ ਨੂੰ ਕਹਿ ਰਿਹਾ ਸੀ ਹੋਰ ਮੈਂ ਜਾ ਕੇ ਹੁਣ ਬੋਰਨਰ ਤੇ ਬਹਿ ਜਾ ਮੈਂ ਤੈਨੂੰ ਅਗਲੀ ਸੀਟ ਤੇ ਬਹਿਣ ਨੂੰ ਕਹਿ ਰਿਹਾ ਅਗਲੀ ਸੀਟ ਤੇ ਉਹ ਅਗਲੀ ਸੀਟ ਤੇ ਬਹਿ ਕੇ ਕਿਹੜਾ ਆਪਣੇ ਨਾਲ ਪਹਿਲਾਂ ਪਹੁੰਚੂ ਇਹ ਜਦ ਤੂੰ ਬੈਠ ਅੰਦਰ ਤੋਰ ਗੱਡੀ ਹੋਰ ਐਵੇਂ ਲੜੀਏ ਤੇਰੇ ਸਗਰਾ ਦੇਣਾ ਤੂੰ ਹੀ ਖੜਾ ਪੈਰ ਤੇ ਮਲੀ ਜਾਂਦਾ ਚਲੋ ਲਓ ਵਾਹਿਗੁਰੂ ਦਾ ਨਾਮ ਸਤਨਾਮ ਵਾਹਿਗੁਰੂ ਆਜੋ ਆਜੋ ਗੱਲ ਸੁਣੋ ਜੇ ਤਾਂ ਤੂੰ ਵਿਆਹ ਤੋਂ ਬਾਅਦ ਆਪਣੇ ਉਹ ਦੋਨੋਂ ਆਵਾਰਾ ਦੋਸਤਾਂ ਦਾ ਸਾਥ ਛੱਡੇਗਾ ਫਿਰ ਤਾਂ ਮੈਂ ਵਿਆਹ ਲਈ ਹਾਂ ਕਰਾਂਗਾ ਨਹੀਂ ਮੇਰੇ ਵੱਲੋਂ ਹੁਣ ਹੀ ਨਾ ਇਸ ਵੇਲੇ ਤਾਂ ਜੇ ਮੈਨੂੰ ਸਰੀਰ ਛੱਡਣ ਨੂੰ ਕਹੋਗੇ ਮੈਂ ਉਹ ਵੀ ਛੱਡ ਦੂੰਗਾ ਪਰ ਫਿਰ ਵੀ ਜੇ ਮੇਰਾ ਗਗਨ ਨਾਲ ਵਿਆਹ ਨਾ ਹੋਇਆ ਮੈਂ ਤੁਹਾਨੂੰ ਨਹੀਂ ਛੱਡਣਾ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ 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 ਵੈਲਕਮ ਜੀ ਐਂਡ ਆਓ ਜੀ ਬੇਟੇ ਅਸੀਂ ਤਾਂ ਤੇਲ ਵੀ ਨਹੀਂ ਚੋਇਆ ਸੁੱਕਾ ਹੀ ਤਿਲਕ ਗਿਆ ਇਹ ਸਾਡੇ ਮਾਤਾ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਬਲਵੰਤ ਸਿੰਘ ਜੀ ਤੁਸੀਂ ਇੱਧਰ ਆ ਜੀ ਮਿਹਰਬਾਨੀ ਜੀ ਮਿਹਰਬਾਨੀ ਪ੍ਰਗਟ ਪੁੱਤ ਗੱਲ ਤੁਹਾਡੇ ਵਿਆਹ ਦੀ ਹੋਣੀ ਹੈ ਪੁੱਤ ਮੂਹਰੇ ਆ ਕੇ ਬੈਠੋ ਆ ਗਿਆ ਜੀ ਆ ਗਿਆ ਆ ਜਾ ਪੁੱਤ ਆ ਜਾ ਇੱਧਰ ਆ ਜਾ ਸੌਰੀ ਲੱਗਦਾ ਕਾਕਾ ਜੀ ਦਾ ਬਚਪਨ ਦਾ ਗੋਦੀ ਚ ਬੈਠਣ ਵਾਲਾ ਸ਼ੌਕ ਅਜੇ ਤੱਕ ਪੂਰਾ ਨਹੀਂ ਹੋਇਆ ਐਨੇ ਜੀਆਂ ਨੂੰ ਘਰ ਚ ਇਕੱਠਿਆਂ ਦੇਖ ਕੇ
सानू बहुत खुशी हुई जी। पुत अपने लाने बारे भी कुछ दसो। जी साडा तो बस यही परिवार है जी। मैं मेरे मां प्यो दा कला कला पुत सी ते मैं सोचे खबरे कुछ लभ रही है। आहो दिमाग लभ रही तेरा। लभ जाए तो आप बरतली, मेरा हले सर ही जा रहा है। जे हुण किसी ने गिले पोचे ते पैड़ा पाई ना तो ओनू पोचे वाली बाल्टी च डुबके लवाओ। होर केड़ा पियो लभ रहे तू? डैडी मैं तुहाडे नाल इक जरूरी गल करनी सी। की गल? कुड़ी आलिया ने ना करती? हाँ कुड़ी आले कहंदे अपने डैडी नूं बरात दे विच ना लेके आई। ओ पहला मेरी पूरी गल तां सुन लिया करो। डैडी मैं पहाड़ा ते जाना। क्यों तू छत्तर चढ़ाना है? नाले पहाड़ा ते तां विआह तों बाद जांदे हुंदे आ। तू पहला जाके की करना? ओ मैं शिवा कट्टन नहीं चलिया। इक बाबे दे सुख सुखी दी सुखी सांदी मेरा विआह हो दे ओ पूरी कर चलिया। जिन्हें तेरे विआह दी सुख पूरी कर दी वो तो बहुत पहुंचा है बाबा होना है। सानू भी दस दे ओदा टिकाना है कि पता साडी भी जिंदगी च कोई सुख आ जाए। तेरी जिंदगी च तां कदे सुख आउणा नहीं ते तू किसे दी जिंदगी च सुख आउण नहीं देणा। बे पुत तू जरूर पूरी करके आ सके। असीं भी चलदे तेरे नाल। ना ना तुसीं उत्थे की करना है? नाले पिछे विआह दे कम कौन करूगा? मैनूं ते दो चार दिन लग जाने ने। दो चार दिन? फिर टेंट वाले नूं तेरे मगर ही भेज दे पहाड़ां ते। मैं मुड़ा आएगा टाइम से। ओ मैं सुख पूरी कर चलिया, कोई जूर पूरी करनी चलिया जेड़ा मैं मुड़ना ही नहीं। पहला मेनू जा ता लैन दो। जा पुत, एदा रेड हुआ ता ना ही बज्जी जाण। नाले मैं भी बड़े बड़े नाल समान कढ़ा पिया, ओ भी फड़ाउणी है तैनूं। ओ भी चढ़ा, चल आ जा। वे इधर मार, इधर मुंह चक्या। मैं तो कहंदा भागा वालीए तुसी भी नाल ही चल जाओ पहाड़ा ते। की प्रगट दा रिश्ता हो जू? मैनूं पता की कहंदी, कहंदी उत्थे जाके फोन करी। जे प्रगट दा सच्ची ओ रिश्ता हो गया तां मैं आ जू। वैसे ओ तैयार बैठी है, मैं करदा फोन। काले इन्ना समान लैण दी की लोड़ सी? ओ जीजा जी ओ भुखे ढिड्ड दा रिश्तेदार शगन नहीं पाउंदे, भंगड़ा कित्थों पा लैणगे। सारिया अज ही जगा, दिवाली नु नहीं जगानी है। जरा छेती कर कम तू। तो भाई साहब ए टोकरा भारी है या पैर भारी है तेरा जरा तुरिया नहीं जा रहा? छेती मर जरा। ओहो बाजी वाह, ए पीपे वाली चाकी जाओगे के कुछ कढोगे भी? सरदार जी दो ही ता पीपे ने, उनो ना चो मैं लड्डू कढ़ा, बूंदी कढ़ा जा मठियां कढ़ा। जो कढ़ना है छे। ओ जीजा जी मुंडा भी आजूगा, तुसी ना कपड़े पालो के मुंडे ने आके थोड़ा नाला बनना है। तेरी पहनू बड़ा समझाया ना जान दे नलायक नू। मन्नी नी साडी कड़े मन्नी सी? थोड़े नाल व्याहुण लग्या असीं भी बथेरा समझाया बे ना कर दे, मन्नियो नी हुण रोंदी आ। बाए जे पेड़ा इन्हां दा ना मर जाने हो आप तां छड़े मलंगो, एदा व्याह तां हो जांदे हो के इहनूं भी बाबे अंदर जाके बाबा ही बणाउणा। ਮੈਨੂੰ ਲੱਗਦਾ ਆਪਾਂ ਤਾਂ ਵਿੱਚੇ ਬੈਠੀਏ ਯਾਰ। ਚੱਲ ਵੀ ਤੂੰ ਬਾਈ ਦੀ ਸਿਹਤ ਨੂੰ ਹੋ ਕੇ ਤਰੇ ਚ ਸਿੱਧੇ 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 ਮੁੜੀ ਨਾ ਕਿਸੇ ਬਸ। ਉਹ ਮੰਮੀ ਕਿਉਂ ਇਹਨਾਂ ਨੂੰ ਬੋਲੀ ਜਾਂਦੇ ਹੋ? ਇਹੋ ਜਿਹੇ ਨੇ ਕੀ ਕਰਤਾ? ਚੋ ਚੱਲੀ ਆਪਾਂ। ਤੇ ਕੀ ਗੱਲ ਹੈ ਵਿਆਹ ਦੇ ਚਾਚ ਤੈਨੂੰ ਭੂਆ ਵੀ ਦਿਸਣੋਂ ਹਟ ਗਈ? ਤੂੰ ਤਾਂ ਵਿਆਹ ਤੋਂ ਪਹਿਲਾਂ ਹੀ ਸਤਿ ਸ੍ਰੀ ਅਕਾਲ ਬੁਲਾਉਣੋਂ ਹਟ ਗਿਆ ਹੈ। ਵਿਆਹ ਤੋਂ ਬਾਅਦ ਤੂੰ ਮੈਨੂੰ ਘਰੇ ਹੀ ਬੁਲਾਉਣਾ ਬੰਦ ਕਰ ਦੇਗਾ? ਉਹ ਨਹੀਂ ਭੂਆ ਜੀ, ਮੈਂ ਤੋਂ ਨਹੀਂ ਸਤਿ ਸ੍ਰੀ ਅਕਾਲ ਬੁਲਾਉਣ ਲੱਗਿਆ ਸੀ। ਸਤਿ ਸ੍ਰੀ ਅਕਾਲ ਭੂਆ ਜੀ, ਸਤਿ ਸ੍ਰੀ ਅਕਾਲ ਭੂਆ ਜੀ, ਸਤਿ ਸ੍ਰੀ ਅਕਾਲ। ਬੇਬੇ ਭੂਆ ਨੂੰ ਬੁਲਾ। राज कर लियो, असीं पहले ही बहुत लेट हो गए हैं, निकलो। चलो 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 फटाफट। ओ बल्ले शेरा, ओ चलो शुक्र है परमात्मा दा साडे जो कोई जाना तां अगे वधिया। तुसी कित्थे चले गए सी? तुहानू पता नहीं सी सेरा मनना? इसे करके चले गए।